ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਦੇ ਪੁਰਾਣੇ ਵਿਭਾਗ ਦੇ ਉੱਪਰ ਵਿਜੀਲੈਂਸ ਵਿਭਾਗ ਦੀ ਰੇਡ ਤੇ ਉਹਨਾਂ ਦੀ ਪਤਨੀ ਡਾਕਟਰ ਨਵਜੋਤ ਕੌਰ ਸਿੱਧੂ ਦਾ ਬਿਆਨ ਸਾਹਮਣੇ ਆਇਆ ਹੈ। ਉਹਨਾਂ ਦਾ ਕਹਿਣਾ ਹੈ ਕਿ ਜਿਸ ਤਰੀਕੇ ਨਾਲ ਉਹਨਾਂ ਦੇ ਵਿਭਾਗ ਦੀ ਜਾਂਚ ਹੋ ਰਹੀ ਹੈ, ਅਜਿਹੇ ਹੋਰ ਵੀ ਵਿਭਾਗਾਂ ਤੇ ਰੇਡ ਕਰਨੀ ਚਾਹੀਦੀ ਹੈ। ਗੱਲ ਹੈ ਵਿਜੀਲੈਂਸ ਕਹਿੰਦੀ ਹੈ ਜਦੋਂ ਸੀ ਉਹਨੇ ਆਪ ਹੀ ਆਈ ਕੁਛ ਕੀਤਾ ਸੀ, ਤੁਹਾਨੂੰ ਵੀ ਪਤਾ ਜੋ ਇੱਕ ਇੱਕ ਬੰਦੇ ਦੇ 70-70 ਜਿਹੜੀ ਕਾਰਪੋਰੇਸ਼ਨ ਹੈ ਉੱਥੇ ਡੀ ਅਕਾਊਂਟਸ ਖਾਲੀ ਸੀਪਰ ਹੈ ਜਾਂ ਜਿਹੜੇ ਕੰਮ ਕਰਨ ਵਾਲੇ ਕੱਲ੍ਹ 'ਚ ਬਿਲੀਵ ਕਰਦੇ ਹਾਂ ਬੜੀ ਚੰਗੀ ਗੱਲ ਹਰ ਉਹਦੇ ਵਿੱਚ ਬਹੁਤ ਜ਼ਰੂਰੀ ਸੀ। ਤਾਂ ਪਹਿਲਾਂ ਮਹਿਕਮੈਂਸ ਯੂਨਿਟ ਬਣਾਇਆ ਲਗਾਇਆ ਜਿਹੜਾ ਸਪੈਸ਼ਲ, ਬਹੁਤ ਪ੍ਰੋਬਲਮ ਇਹ ਹੋਈ ਕਿ ਉਹਦਾ ਕਮਰਾ ਹੀ ਕਿਉਂਕਿ ਇੱਥੇ ਸਿਸਟਮ ਸ਼ੁਰੂ ਤੋਂ ਸਖਤੀ ਵਰਤੀ ਬਹੁਤ ਚੰਗੀ ਰਹਿੰਦੀ ਹੈ ਕਿ ਲੋਕਾਂ ਨੂੰ ਡਰ ਪਵੇ ਕਿ ਲੋਕਾਂ ਨੂੰ ਡਰ ਨਹੀਂ ਹੈ ਕਿ ਕੰਮ ਕਰਦੇ ਰਹਿੰਦੇ ਹੈ। ਸੋ ਬੜਾ ਆਉਂਦੀ ਹਰ ਜਗਲੈਂਸ ਹੋਣੀ ਚਾਹੀਦੀ ਹੈ ਤਾਂ ਕਿ ਇੱਕ ਡਰ ਕਿ ਮੈਂ ਨੈਤਿਕਤਾ ਦੇ ਨਾਲ ਇਮਾਨਦਾਰੀ ਦੇ ਨਾਲ ਕੰਮ ਕਰਾਂ। ਕੋਈ ਫਰਕ ਨਹੀਂ ਪੈਂਦਾ ਡਿਪਾਰਟਮੈਂਟ ਤੋਂ ਹੋਵੇ, ਅਸੀਂ ਸ਼ੁਰੂ ਕੀਤਾ ਸੀ ਗੱਲ ਹੈ, ਮੈਂ ਤਾਂ ਕਹਿੰਦੀ ਹਾਂ ਇਹ ਚਾਹੀਦੀ ਹੈ ਤਾਂ ਕਿ ਪੰਜਾਬ ਦਾ ਜਿੰਨਾ ਪੀ ਦੇ ਨਾਲ ਬੜਾ ਜ਼ਰੂਰੀ ਨੂੰ ਕਿਹਾ ਹੋਇਆ। ਮੈਂ ਤਾਂ ਵਿਜੀਲੈਂਸ ਟੀਮਸ ਹੈਗੀਆਂ ਵਾਰਡਾਂ 'ਚ ਬਣਾਈਆਂ ਹੋਈਆਂ ਵੀ ਕਾਊਂਸਲਰ ਉੱਥੇ ਪੈ ਜਾਂਦੇ ਨਹੀਂ ਜੀ ਗਲਤ ਦੁਬਾਰਾ ਠੀਕ ਹੋਵੇ ਐਂਡ ਉਲਟਾ ਪ੍ਰੀ ਕੰਮ ਦੀ ਫੋਟੋ ਉਹ ਕੰਮ ਦੇ ਵਿੱਚ ਕਿ ਡਿਟੇਲ ਗਲੀਆਂ 'ਚ ਜ਼ਰੂਰ ਹੈ ਕਿਉਂਕਿ ਉਹ ਚਿੱਠੀਆਂ ਦੇ ਵਿੱਚ ਉਹ ਵੀ ਮਿਲਿਆ ਗਿਆ ਸੀਗਾ ਕਿਉਂਕਿ ਜਦੋਂ ਆਪਾਂ ਪੂਰੀ ਡਿਟੇਲ ਲੋਕਾਂ ਨੂੰ ਪਤਾ ਹੋਣੀ ਹੈ ਤਾਂ ਲੋਕ ਵੀ ਉਹਦਾ ਜੋ ਬਾਹਰ ਆਵੇ ਕਿਸੇ ਵੀ ਨਾਮ ਦੇ ਆਫਿਸ ਬੈਠਾ ਬੰਦਾ ਸਾਰੇ ਪੰਜਾਬ ਪੂਰੇ ਪੰਜਾਬ ਬਠਿੰਡੇ ਤੋਂ ਲੈ ਉਹ ਕਰਦਾ ਹੈ। ਜ਼ਰੂਰੀ ਹੈ ਇਹ ਕਹਿਣਾ ਅੱਜ 200 ਫੋਨ ਕਰਦੀਆਂ ਰੋਜ਼ ਦੇ ਭਾਈ ਆਪਣਾ ਇਮਾਨਦਾਰੀ ਦੇ ਨਾਲ ਘਰਾਂ ਦਾ ਬੰਦਾ ਆਉਂਦਾ ਕਿ ਉਹਦਾ ਜ਼ਰੂਰ ਕਹਿੰਦੇ ਹਾਂ, ਅਸੀਂ ਇਹ ਨਹੀਂ ਕਹਿੰਦੇ ਵੀ ਅਸੀਂ ਇਹ ਕਹਿੰਦੇ ਹਾਂ ਇਮਾਨਦਾਰੀ ਦੇ ਨਾਲ ਹੁੰਦਾ, ਅਸੀਂ ਤਾਂ ਪੋਲੀਟਿਕਸ ਹੈਗੇ ਹਾਂ ਸਾਡੇ, ਸੋ ਅਸੀਂ ਫੋਨ ਕਰਦੇ ਜਾਇਜ਼ ਅਸੀਂ ਨਾਲ ਸਪੈਸ਼ਲ ਨਹੀਂ ਮੈਂ ਗੱਲ ਹੈ ਇਹ ਹੋਣਾ ਚਾਹੀਦਾ ਹਰ ਕੰਮ ਪਿੱਛੇ ਹੋਣਾ ਚਾਹੀਦਾ ਐਂਡ ਇਹ ਕੰਟੀਨਿਊਡ ਨਹੀਂ ਮੈਂ ਨਹੀਂ ਮੰਨਦੀ ਕੰਮ ਕਰਨ ਦਾ ਤਰੀਕਾ ਹੈ। ਸੋ ਮੈਂ ਐਟਲੀਸਟ ਇਸ ਹਿਸਾਬ ਨਾਲ ਕੰਮ ਹੋਣੇ ਚਾਹੀਦੇ ਹੈ ਅਤੇ ਕੰਮ ਸਾਨੂੰ ਵੀ ਇੱਧਰ ਅਸੀਂ ਇੱਧਰੋਂ ਉੱਧਰੋਂ ਪੈਸਾ ਇਕੱਠਾ ਕਰਨਦਾਰੀ ਦੇ ਨਾਲ ਲੱਗੇ ਸਾਡੇ। ਸੋ ਬਹੁਤ ਚੰਗੀ ਗੱਲ ਹੈ ਲੋਕ ਜਿਹੜੇ ਕੰਮ ਕਰਨਗੇ ਹੋਰ ਇਮਾਨ ਆਪਣੇ ਕੰਮਾਂ 'ਤੇ ਉਹ ਪਾਈ ਹੋਈ ਹੈ ਜਿੱਥੇ ਮੈਨੂੰ ਲੱਗੇ ਵਾਟਰ ਪਾਈਪਸ ਠੀਕ ਨਹੀਂ ਪਈਆਂ ਜਿੱਥੇ ਮੈਨੂੰ ਲੱਗਿਆ ਮੇਰੇ ਟਿਊਬਲੈਂਸ 'ਤੇ ਪਵਾਈ ਹੋਈ ਹੈ ਕੇਸ ਆਫ ਜਿਹੜੇ ਸਾਡੇ ਫਸਟ ਆਰਡਰ ਸੀਗੇ ਮਰੀ ਅਤੇ ਪੋਸਟ ਉਹਦੀ ਤਾਂ ਕੀ ਹੁੰਦਾ ਸੀ ਇੱਕ ਸੜਕ ਉਹਨੇ ਅਸੀਂ 2-3 ਵਾਰ ਪੈ ਗਈਆਂ ਬੜੀ ਚੰਗੀ ਗੱਲ ਹੈ। ਮੈਂ ਤਾਂ ਕਹਿੰਦੀ ਹਾਂ ਅਪਾਰਟਮੈਂਟ ਦੇ ਵਿੱਚ ਰੈਗੂਲਰ ਇੱਕ ਰੈਗੂਲਰ ਰੂਟੀਨ 'ਤੇ ਚਾਹੀਦਾ ਜਿਹੜਾ ਸੜਕਾਂ 'ਤੇ ਹੀ ਹਾਂ ਮੈਂ ਤਾਂ ਸੇਵਾ ਹੀ ਕਰਦੀ ਮੈਂ ਸੇਵਾ ਕਰਦੀ ਹੀ ਬੰਦਾ ਸਿੱਧੇ ਦਿਖਦਾ ਘੁੰਮਦਾ ਇਸ ਤਰ੍ਹਾਂ ਹੀ ਬੰਦਾ।